ਤਿੰਨ ਆਮ ਆਦਮੀ ਪਾਰਟੀ ਦੇ ਵਿਧਾਇਕ ਹੋਣ ਦੇ ਬਾਵਜੂਦ ਜਿਹੜੀ ਸੜਕ ਹੈ ਗੜਸ਼ੰਕਰ ਤੋਂ ਅਨੰਦਪੁਰ ਸਾਹਿਬ ਦਾ ਕੁਝ ਹਿੱਸਾ ਜਿਹੜਾ ਹੈਗਾ ਉਹ ਕਾਫੀ ਜਿਹੜਾ ਟੁੱਟਿਆ ਸੀ, ਕਾਫੀ ਖਰਾਬ ਸੀ। ਮਨੀਸ਼ ਤਿਵਾੜੀ ਜੀ MP ਸਾਹਿਬ ਜਿਹੜੇ ਉਸ ਵੇਲੇ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ MP ਸੀਗੇ, ਉਹਨਾਂ ਨੇ ਸਾਰੇ ਲੋਕ ਸਭਾ ਹਲਕੇ ਦੇ ਵਿੱਚ ਇਸ ਸੜਕ ਨੂੰ ਬਣਾਉਣ ਦੇ ਲਈ ਬੜੀ ਸ਼ਿੱਦਤ ਨਾਲ ਉਪਰਾਲਾ ਕੀਤਾ। ਇਹਦੀ ਲਾਸਟ ਅਗਸਤ ਦੇ ਵਿੱਚ 45 ਕਰੋੜ ਰੁਪਇਆ ਰਿਲੀਜ਼ ਹੋਇਆ ਇਹਦੇ ਲਈ, ਅਤੇ ਅਕਤੂਬਰ ਦੇ ਵਿੱਚ ਟੈਂਡਰ ਲੱਗ ਗਿਆ, ਠੇਕੇਦਾਰ ਨੂੰ ਟੈਂਡਰ ਅਲੋਟ ਹੋ ਗਿਆ, ਸਭ ਕੁਝ ਹੋ ਗਿਆ। ਟੈਂਡਰ ਅਲੋਟ ਹੋਣ ਦੇ ਬਾਵਜੂਦ 1 ਸਾਲ ਠੇਕੇਦਾਰ ਨੇ ਕੰਮ ਨਹੀਂ ਸ਼ੁਰੂ ਕੀਤਾ। 45 ਕਰੋੜ ਰੁਪਇਆ ਜਿਹੜਾ ਸਰਕਾਰ ਵੱਲੋਂ ਜਾਰੀ ਕੀਤਾ ਗਿਆ, ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਸੀਗਾ, ਉਹ 45 ਕਰੋੜ ਰੁਪਇਆ ਉਹ ਜੇ ਨਹੀਂ ਲੱਗਿਆ ਉਹ ਕਿਹਦੀ ਜੇਬਾਂ 'ਚ ਗਿਆ? ਕਿਉਂਕਿ ਸੜਕ ਦਾ ਕੰਮ ਤਾਂ ਸੰਤਾਂ ਨੇ ਸ਼ੁਰੂ ਕਰਾਤਾ, ਉਹ ਕੰਮ ਤਾਂ ਸਾਰਾ ਵਿੱਚ ਢੱਕ ਹੋ ਗਿਆ, ਫਿਰ ਉਹ 45 ਕਰੋੜ ਕਿੱਥੇ ਗਿਆ ਉਹਦਾ ਅੱਜ ਤੱਕ ਕੋਈ ਜਵਾਬ ਦੇ ਨਹੀਂ ਹੈਗਾ। ਪੰਕਜ ਜੀ, ਗੱਲ ਕਰ ਲਈਏ ਬੰਗਾ ਗੜਸ਼ੰਕਰ ਅਨੰਦਪੁਰ ਜਿਹੜੀ ਸੜਕ ਹੈ, ਤਿੰਨ ਵਿਧਾਇਕ ਆਮ ਆਦਮੀ ਪਾਰਟੀ ਦੇ ਹੋਣ ਦੇ ਬਾਵਜੂਦ ਇੱਕ ਡਿਪਟੀ ਸਪੀਕਰ ਨੇ, ਦੂਜੇ ਪਾਸੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਹਰਜੋਤ ਬੈਂਸ ਜੀ ਸਿੱਖਿਆ ਮੰਤਰੀ ਨੇ, ਤਿੰਨ ਆਮ ਆਦਮੀ ਪਾਰਟੀ ਦੇ ਵਿਧਾਇਕ ਹੋਣ ਦੇ ਬਾਵਜੂਦ ਜਿਹੜੀ ਸੜਕ ਹੈ ਗੜਸ਼ੰਕਰ ਤੋਂ ਅਨੰਦਪੁਰ ਸਾਹਿਬ ਦਾ ਕੁਝ ਹਿੱਸਾ ਜਿਹੜਾ ਹੈਗਾ ਉਹ ਕਾਫੀ ਜਿਹੜਾ ਟੁੱਟਿਆ ਸੀ, ਕਾਫੀ ਖਰਾਬ ਸੀ, ਉਸ ਨੂੰ ਕਿਲ੍ਹਾ ਆਨੰਦਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਜਿਹੜੇ ਸੰਤ ਨੇ, ਸੰਤ ਬਾਬਾ ਸਤਨਾਮ ਸਿੰਘ ਹੁਣੀ, ਉਹ ਕਾਰਜ ਸੇਵਾ ਦੇ ਨਾਲ ਜਿਹੜੀ ਹੈਗੀ ਉਹ ਸੜਕ ਬਣਾ ਰਹੇ ਨੇ ਲੋਕਾਂ ਦੀ ਮਦਦ ਦੇ ਨਾਲ, ਕੀ ਸਰਕਾਰਾਂ ਦੀ ਨਾਕਾਮੀ ਸਮਝ ਰਹੇ ਹੋ ਇਸ ਗੱਲ ਨੂੰ? 2022 ਦੀਆਂ ਚੋਣਾਂ ਤੋਂ ਪਹਿਲਾਂ ਮਨੀਸ਼ ਤਿਵਾੜੀ ਜੀ MP ਸਾਹਿਬ ਜਿਹੜੇ ਉਸ ਵੇਲੇ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ MP ਸੀਗੇ, ਉਹਨਾਂ ਨੇ ਸਾਰੇ ਲੋਕ ਸਭਾ ਹਲਕੇ ਦੇ ਵਿੱਚ ਇਸ ਸੜਕ ਨੂੰ ਬਣਾਉਣ ਦੇ ਲਈ ਬੜੀ ਸ਼ਿੱਦਤ ਨਾਲ ਉਪਰਾਲਾ ਕੀਤਾ। ਉਹਨਾਂ ਨੇ CM ਨਾਲ, ਪ੍ਰਾਈਮ ਮਿਨਿਸਟਰ ਨਾਲ, ਗਡਕਰੀ ਸਾਹਿਬ ਦੇ ਨਾਲ ਸਭ ਨੂੰ ਅਪਰੋਚ ਕੀਤਾ ਸੜਕ ਦੇ ਲਈ। ਇਹਦੀ ਲਾਸਟ ਅਗਸਤ ਦੇ ਵਿੱਚ 45 ਕਰੋੜ ਰੁਪਇਆ ਰਿਲੀਜ਼ ਹੋਇਆ ਇਹਦੇ ਲਈ, ਅਤੇ ਅਕਤੂਬਰ ਦੇ ਵਿੱਚ ਟੈਂਡਰ ਲੱਗ ਗਿਆ, ਠੇਕੇਦਾਰ ਨੂੰ ਟੈਂਡਰ ਅਲੋਟ ਹੋ ਗਿਆ, ਸਭ ਕੁਝ ਹੋ ਗਿਆ। ਟੈਂਡਰ ਅਲੋਟ ਹੋਣ ਦੇ ਬਾਵਜੂਦ 1 ਸਾਲ ਠੇਕੇਦਾਰ ਨੇ ਕੰਮ ਨਹੀਂ ਸ਼ੁਰੂ ਕੀਤਾ। 1 ਸਾਲ ਤੋਂ ਬਾਅਦ ਜਦੋਂ ਮੈਂ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਉਹਨਾਂ ਨੇ ਕੰਮ ਸ਼ੁਰੂ ਕਰਾਇਆ। ਕੰਮ ਬੇਹੱਦ ਘਟੀਆ ਦਰਜੇ ਦਾ, ਬਹੁਤ ਮਾੜਾ ਕੰਮ ਹੋਇਆ। ਉਸ ਕੰਮ ਦੀ ਬਕਾਇਦਾ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਸੀ, ਪਰ ਅਨੰਦਗੜ੍ਹ ਸਾਹਿਬ ਦੇ ਕਿਲ੍ਹੇ ਵਾਲੇ ਜਿਹੜੇ ਸੰਤਾਂ ਨੇ ਜਿਹੜਾ ਕੰਮ ਸ਼ੁਰੂ ਕਰਾਇਆ, ਮੈਂ ਸਮਝਦਾ ਵੀ ਉਹਨਾਂ ਨੇ ਬਹੁਤ ਨੇਕੀ ਵਾਲਾ ਕੰਮ ਕੀਤਾ। ਸੋ ਸੜਕ ਆਪਣੇ ਕੋਲੋਂ ਬਣਾ ਰਹੇ ਆ, ਲੋਕਾਂ ਦੀ ਸੇਵਾ ਲੈ ਕੇ ਸੜਕ ਬਣਾ ਰਹੇ ਆ, ਪਰ ਉਹਨਾਂ ਦੇ ਇਸ ਉਪਰਾਲੇ ਦੇ ਨਾਲ ਜਿਹੜੇ ਭ੍ਰਿਸ਼ਟਾਚਾਰ ਜਿਹੜਾ ਕੀਤਾ ਗਿਆ ਸੀ ਇਸ ਸੜਕ ਦੇ ਵਿੱਚ, 45 ਕਰੋੜ ਰੁਪਇਆ ਜਿਹੜਾ ਸਰਕਾਰ ਵੱਲੋਂ ਜਾਰੀ ਕੀਤਾ ਗਿਆ, ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਸੀਗਾ, ਉਹ 45 ਕਰੋੜ ਰੁਪਇਆ ਉਹ ਜੇ ਨਹੀਂ ਲੱਗਿਆ ਉਹ ਕਿਹਦੀ ਜੇਬਾਂ 'ਚ ਗਿਆ? ਉਹਦੀ ਜਾਂਚ ਹੁਣ ਮੈਨੂੰ ਦੱਸੋ ਕਿੱਦਾਂ ਹੋ ਸਕਦੀ ਆ? ਕਿਉਂਕਿ ਸੜਕ ਦਾ ਕੰਮ ਤਾਂ ਸੰਤਾਂ ਨੇ ਸ਼ੁਰੂ ਕਰਾਤਾ, ਉਹ ਕੰਮ ਤਾਂ ਸਾਰਾ ਵਿੱਚ ਢੱਕ ਹੋ ਗਿਆ, ਫਿਰ ਉਹ 45 ਕਰੋੜ ਕਿੱਥੇ ਗਿਆ ਉਹਦਾ ਅੱਜ ਤੱਕ ਕੋਈ ਜਵਾਬ ਦੇ ਨਹੀਂ ਹੈਗਾ। ਨਾ ਕੋਈ ਉਸ ਬਾਰੇ ਦੱਸਣ ਨੂੰ ਤਿਆਰ ਆ, ਨਾ ਕੋਈ ਉਸ ਬਾਰੇ ਬੋਲਣ ਲਈ ਤਿਆਰ ਆ। ਜਿਹੜਾ ਉਸ ਸੜਕ ਦੇ ਉੱਤੇ 45 ਕਰੋੜ ਰੁਪਇਆ ਮਨੀਸ਼ ਤਿਵਾੜੀ ਹੋਣਾ ਨੇ ਦਵਾਇਆ ਸੀਗਾ, ਬਕਾਇਦਾ ਉਹਦਾ ਉਦਘਾਟਨ ਵੀ ਕੀਤਾ ਮਨੀਸ਼ ਤਿਵਾੜੀ ਹੋਣਾ ਨੇ ਕੁੱਕੜ ਮਜ਼ਾਰੇ ਦੇ ਕੋਲ, ਅਤੇ ਉਹ ਸੜਕ ਦਾ ਜਿਹੜਾ ਕੰਮ ਹੈਗਾ ਪਿਆ ਜਿਹੜਾ ਉਹ ਕਿੱਥੇ ਗਿਆ ਉਹਦਾ ਕੋਈ ਜਵਾਬ ਦੇ ਨਹੀਂ ਹੈਗਾ। ਮੈਂ ਸਮਝਦਾ ਹਾਂ ਕਿ ਇਹ ਕੰਮ ਸ਼ੁਰੂ ਹੋਣ ਤੋਂ ਪਹਿਲਾਂ
ਸੰਤਾਂ ਨੂੰ ਇਹ ਕੰਮ ਸ਼ੁਰੂ ਕਰਾਉਣ ਤੋਂ ਪਹਿਲਾਂ ਬਕਾਇਦਾ ਇਸ ਸੜਕ ਦੇ ਵਿੱਚ ਹੋਏ ਵੱਡੇ ਘੁਟਾਲੇ ਦੀ ਜਾਂਚ ਕਰਵਾਉਣੀ ਚਾਹੀਦੀ ਸੀ। ਜਿਹੜਾ 45 ਕਰੋੜ ਰੁਪਏ ਦਾ ਭ੍ਰਿਸ਼ਟਾਚਾਰ ਇਸ ਸੜਕ ਦੇ ਵਿੱਚ ਹੋਇਆ ਸੀਗਾ, ਉਹਦੇ ਦੋਸ਼ੀਆਂ ਨੂੰ ਫੜਿਆ ਜਾਂਦਾ, ਉਸ ਤੋਂ ਬਾਅਦ ਇਹ ਕੰਮ ਸ਼ੁਰੂ ਕਰਵਾਇਆ ਜਾਣਾ ਚਾਹੀਦਾ ਸੀਗਾ। ਪਰ ਹੁਣ ਜਿਹੜੇ ਕੰਮ ਸ਼ੁਰੂ ਹੋ ਗਿਆ ਉਹਦੇ ਨਾਲ ਮੈਂ ਸਮਝਦਾ ਕਿ ਭ੍ਰਿਸ਼ਟਾਚਾਰੀ ਸਾਫ਼ ਸਾਫ਼ ਇਸ ਸਾਰੇ ਕੰਮ ਦੇ ਵਿੱਚੋਂ ਬਚ ਜਾਣੇ ਆ। ਅਤੇ ਜਿਹੜਾ ਕਾਂਗਰਸ ਸਰਕਾਰ ਵੇਲੇ ਭੇਜਿਆ ਪੈਸਾ ਉਹ ਸਰਕਾਰ ਤੋਂ ਨਹੀਂ ਖਰਚਿਆ ਜਾਂਦਾ, ਤਾਂ ਮੈਂ ਸਮਝਦਾ ਕਿ ਇਸ ਤੋਂ ਬੜੀ ਮੰਦਭਾਗੀ ਗੱਲ ਹੋਰ ਨਹੀਂ ਹੋ ਸਕਦੀ। ਅਤੇ ਅਖੀਰ ਦੇ ਵਿੱਚ ਇਹ ਸੰਤ ਮਹਾਂਪੁਰਖਾਂ ਨੂੰ ਖੁਦ ਉਪਰਾਲਾ ਕਰਕੇ ਸੜਕਾਂ ਬਣਾਉਣੀਆਂ ਪੈਣ। ਅਤੇ ਜਦੋਂ ਕਿ 45 ਕਰੋੜ ਰੁਪਇਆ ਭੇਜਿਆ ਗਿਆ ਸੀਗਾ, ਜੇ ਫੇਰ ਨਾ ਖਰਚਿਆ ਜਾਵੇ ਉਹ ਤਾਂ ਮੈਂ ਸਮਝਦਾ ਕਿ ਬਿਲਕੁਲ ਹੀ ਇੱਕ ਮੰਦਭਾਗੀ ਗੱਲ ਆ। ਅਤੇ ਕੱਲ੍ਹ ਨੂੰ ਜਨਤਾ ਦੀ ਸਹਿਯੋਗ ਦੇ ਨਾਲ ਸੰਤਾਂ ਮਹਾਂਪੁਰਖਾਂ ਨੂੰ ਆਪ ਉਪਰਾਲਾ ਕਰਨਾ ਪਵੇ, ਮੈਂ ਸਮਝਦਾ ਕਿ ਸਰਕਾਰ ਦੀ ਇਸ ਤੋਂ ਵੱਡੀ ਨਾਕਾਮੀ ਹੋਰ ਨਹੀਂ ਹੋ ਸਕਦੀ। ਪੰਕਜ ਜੀ, 2027 ਦੀਆਂ ਚੋਣਾਂ ਦੀ ਆਪਾਂ ਗੱਲ ਕਰੀਏ, ਅਤੇ ਬਹੁਤ ਸਾਰੇ ਕਾਂਗਰਸੀ ਜਿਹੜੇ ਲੀਡਰ ਨੇ ਉਹ ਬਾਹਰੋਂ ਗੜਸ਼ੰਕਰ ਹਲਕੇ ਦੇ ਉੱਤੇ ਗਏ ਨੇ। ਇੱਕ ਅਮਰਦੀਪ ਸਿੰਘ ਲਾਲੀ ਸ਼ਾਇਦ ਹੈਗਾ, ਜੇ ਮੈਂ ਨਾਂ ਸਹੀ ਲੈ ਰਿਹਾ ਤਾਂ, ਉਹਨਾਂ ਨੂੰ ਵੀ ਪਿਛਲੀ ਵਾਰੀ ਮੌਕਾ ਦਿੱਤਾ ਗਿਆ ਸੀਗਾ, ਮੁੜ ਕੇ ਉਹ ਹਲਕੇ 'ਚ ਬੜੇ ਹੀ ਨਹੀਂ ਹੈਗੇ। ਤੁਸੀਂ 2027 ਦੀਆਂ ਚੋਣਾਂ ਲੈ ਕੇ ਜਿਹੜਾ ਬਿਗਲ ਵਜਾਇਆ, ਕੀ ਤੁਸੀਂ ਲੋਕਾਂ 'ਚ ਜਾਣਾ ਸ਼ੁਰੂ ਕਰ ਦਿੱਤਾ ਜੀ? ਮੈਂ ਤਾਂ ਰਹਿੰਦਾ ਹੀ ਲੋਕਾਂ ਦੇ ਵਿੱਚ ਹਾਂ ਜੀ, ਰੋਜ਼ ਬਿਨਾਂ ਨਾਗਾ ਇੱਥੇ ਮੈਨੂੰ ਦਫ਼ਤਰ ਵਿੱਚ ਵੀ ਲੋਕ ਮਿਲਣ ਆਉਂਦੇ ਆ, ਅਤੇ ਜਿੰਨੇ ਕੁ ਯੋਗਾ ਹੈਗਾ ਲੋਕਾਂ ਦੇ ਵਿੱਚ ਵੀ ਜਾਈਦਾ ਹੈਗਾ, ਵਿਆਹਾਂ ਸ਼ਾਦੀਆਂ 'ਚ ਵੀ ਜਾਈਦਾ, ਲੋਕਾਂ ਦੇ ਭੋਗਾਂ 'ਚ ਵੀ ਜਾਈਦਾ, ਉਸ ਤੋਂ ਇਲਾਵਾ ਕੋਈ ਸਮਾਜਿਕ ਸਮਾਗਮ ਹੁੰਦੇ ਆ ਉਹਨਾਂ 'ਚ ਵੀ ਸ਼ਿਰਕਤ ਕਰੀਦੀ ਆ। ਅਤੇ ਜਿੱਥੇ ਕਿਤੇ ਲੋਕ ਹਿੱਤ ਦੇ ਮੁੱਦੇ ਦੀ ਗੱਲ ਵੀ ਹੁੰਦੀ ਆ ਉੱਥੇ ਵੀ ਲੜਾਈ ਲੜੀਦੀ ਆ। ਅਸੀਂ ਕੋਈ ਸੀਜ਼ਨਲ ਲੀਡਰ ਨਹੀਂ ਹੈਗੇ ਹਾਂ, ਬਕਾਇਦਾ ਹਲਕੇ ਦੇ ਵਿੱਚ ਹਮੇਸ਼ਾ ਵਿਚਰਦੇ ਹਾਂ। ਜਿਸ ਨੇ ਵੀ ਮੈਨੂੰ ਮਿਲਣਾ, ਜਦੋਂ ਮਰਜ਼ੀ ਮੈਨੂੰ, ਮੇਰਾ ਘਰ ਮੇਰਾ ਦਫ਼ਤਰ ਹਰ ਵੇਲੇ ਲੋਕਾਂ ਲਈ ਹਾਜ਼ਰ ਆ, ਜਦੋਂ ਮਰਜ਼ੀ ਕੋ ਮੇਰੇ ਆ ਕੇ ਘਰ ਦੇ ਕੁੰਡੇ ਖੜਕਾ ਸਕਦਾ। ਅਤੇ ਮੈਂ ਹਰ ਵੇਲੇ, ਮੈਂ ਖੁਦ, ਮੇਰੀ ਘਰ ਵਾਲੀ ਜਿਹੜੀ ਕਿ ਮਿਊਂਸਪਲ ਕੌਂਸਲਰ ਆ, ਮੇਰਾ ਬੇਟਾ ਜਿਹੜਾ ਕਿ ਯੂਥ ਕਾਂਗਰਸ ਦਾ ਲੀਡਰ ਆ, ਇਹ ਸਾਰਾ ਪਰਿਵਾਰ ਲੋਕ ਸੇਵਾ ਦੇ ਲਈ ਸਮਰਪਿਤ ਹਾਂ, ਅਤੇ ਡਟ ਕੇ ਅਸੀਂ ਲੋਕਾਂ ਦੇ ਨਾਲ ਖੜ੍ਹੇ ਹਾਂ, ਅਤੇ ਪਹਿਲਾਂ ਵੀ ਖੜ੍ਹਦੇ ਰਹੇ ਤਾਂ ਹੁਣ ਵੀ ਖੜ੍ਹਾ। ਸੋ ਇਹ ਸਨ ਪੰਕਜ ਕਿਰਪਾਲ ਜੀ, ਜਿਹਨਾਂ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ ਦਾਅਵੇਦਾਰੀ ਪੇਸ਼ ਕੀਤੀ ਹੈ, ਔਰ ਇਹਨਾਂ ਨੇ ਇਹ ਵੀ ਕਿਹਾ ਹੈ ਕਿ ਮੈਂ ਟਿਕਟ ਦਾ ਚਾਹਵਾਨ ਹਾਂ, ਔਰ ਕਾਂਗਰਸ ਪਾਰਟੀ ਨੂੰ ਅਪੀਲ ਵੀ ਕੀਤੀ ਹੈ ਕਿ ਮੈਨੂੰ ਇੱਥੋਂ ਟਿਕਟ ਦਿੱਤੀ ਜਾਵੇ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਹਿੰਦੂ ਨੇਤਾਵਾਂ ਨੂੰ, ਪੰਜਾਬ ਦੀ ਕਾਂਗਰਸ ਲੀਡਰਸ਼ਿਪ ਹਿੰਦੂ ਨੇਤਾਵਾਂ ਨੂੰ ਵੀ ਦਾਅਵੇਦਾਰੀ ਪੇਸ਼ ਕਰਨ ਦਾ ਮੌਕਾ ਦੇਵੇ, ਔਰ ਹਿੰਦੂ ਨੇਤਾਵਾਂ ਨੂੰ ਵੀ ਅਹੁਦੇ ਦੇਣੇ ਸ਼ੁਰੂ ਕਰਨ, ਤਾਂ ਜੋ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੂੰ ਮੁੜ ਖੜ੍ਹਾ ਕੀਤਾ ਜਾ ਸਕੇ। ਕੈਮਰਾਮੈਨ ਸੁਖਦੇਵ ਦੇ ਨਾਲ ਸ਼ਰਨਜੀਤ ਬੈਂਸ, ਗੜਸ਼ੰਕਰ।